ਸਤਿਗੁਰੂ ਜੀ ਦੀ ਅੰਮ੍ਰਿਤ ਵੇਲੇ ਦੀ ਪਵਿੱਤਰ ਬਾਣੀ ਸ੍ਰੀ ਆਸਾ ਕੀ ਵਾਰ ਵਿੱਚ ਮਹੱਲਾ ਪਹਿਲਾ ਤੇ ਪਾਵਨ ਹੁਕਮ ਆਉਂਦਾ ਹੈ ਲਾਹੌਰ ਸ਼ਹਿਰ ਜ਼ਹਿਰ ਕਹਿ ਸਵਾ ਪੈਰ ਤੋਂ ਸਾਖੀ ਇਹਦੇ ਨਾਲ ਜੁੜਦੀ ਇਹ ਹੈ ਕਿ ਜਦ ਜਗਤ ਗੁਰੂ ਨਾਨਕ ਸਾਹਿਬ ਲਾਹੌਰ ਪਹੁੰਚੇ ਨੇ ਅੰਮ੍ਰਿਤ ਵੇਲਾ ਸੱਚ ਨੌ ਕੀਰਤੀ ਦਾ ਹੁੰਦਾ ਹੈ ਤੇ ਉੱਥੇ ਬੁੱਚੜਖਾਨੇ ਵਿੱਚ ਉਦੋਂ ਗਾਈਆਂ ਦਾ ਕਤਰਿਆਮ ਹੁੰਦਾ ਸੀ ਤੋ ਗੁਰੂ ਸੱਚੇ ਪਾਤਸ਼ਾਹ ਜੀ ਰੱਬ ਦੇ ਅਜੀਬ ਇਹ ਰੰਗ ਵੇਖ ਕੇ ਉੱਥੇ ਰਹਿਮਤ ਕੀਤੀ ਇਹਨੂੰ ਅੱਗੇ ਮਹੱਲਾ ਤੀਜਾ ਆ ਜਾਂਦਾ ਹੈ ਸ਼ਬਦ ਲਾਹੌਰ ਤੇ ਅੰਮ੍ਰਿਤਸਰ ਦੋਵਾਂ ਨੂੰ ਮਿਲਾਉਣ ਵਾਲਾ ਪ੍ਰਗਟ ਹੋ ਜਾਂਦਾ ਹੈ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਾਟਾ ਇਹ ਮਹੱਲਾ ਤੀਜਾ ਦਾ ਸਰਲੇਖ ਥੱਲੇ ਪਵਿੱਤਰ ਬਖਸ਼ਿਸ਼ ਭਰਿਆ ਬਚਨ ਹੈ ਉਹ ਵਿਚਾਰਵਾਨ ਬੰਦੇ ਨੇ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਸੇ ਲਾਹੌਰ ਵਿੱਚ ਇੱਕ ਅੰਮ੍ਰਿਤ ਤੇ ਸੋਮਾ ਪੈਦਾ ਹੋਣ ਦਾ ਪ੍ਰਕਰਨ ਇਹਨਾਂ ਪਾਵਨ ਬਚਨਾਂ ਵਿੱਚ ਦਿੱਤਾ ਹੈ ਹੁਣੇ ਹੁਣੇ ਗੁਰੂ ਪਿਆਰੇ ਕੋਲੋਂ ਆਪ ਸਰਵਣ ਕਰ ਰਹੇ ਸੀ ਕਿ ਪਿੰਡ ਬਸਰ ਕੇ ਗਿੱਲ ਵਿੱਚ ਨਾਨਕੇ ਪਰਿਵਾਰ ਵਿੱਚੋਂ ਅਫਸੋਸ ਕਰਨ ਆਏ ਧੀ ਜਵਾਈ ਨਹੀਂ ਰਹੇ ਉਹਨਾਂ ਵਿੱਚ ਗੁਰੂ ਅਮਰਦਾਸ ਵੀ ਸਨ ਕਿਉਂਕਿ ਬਸਰ ਕੇ ਗਿੱਲ ਹੀ ਗੁਰੂ ਅਮਰਦਾਸ ਜੀ ਦਾ ਪਿੰਡ ਹੈ ਗੁਰੂ ਰਾਮਦਾਸ ਜੀ ਦੇ ਬਾਕੀ ਦੇ ਪਰਿਵਾਰ ਵੱਲੋਂ ਪਿੰਡ ਵੱਲੋਂ ਨਾਨਾ ਜੀ ਲੱਗਦੇ ਸਨ ਤੋ ਮੈਂ ਸਮਝਦਾ ਆਪਾਂ ਗੁਰੂ ਜੀ ਦੇ ਉਸ ਬਚਨ ਨੂੰ ਧਿਆਨ ਵਿੱਚ ਲੈ ਕੇ ਲਾਹੌਰ ਨੂੰ ਪਹਿਲਾਂ ਮੱਥਾ ਟੇਕੀਏ ਜਿਹੜਾ ਕਦੀ ਕਹਿਰ ਦਾ ਸ਼ਹਿਰ ਸੀ ਉਹ ਅੰਮ੍ਰਿਤ ਦਾ ਸੋਮਾ ਬਣ ਗਿਆ ਧੰਨ ਗੁਰੂ ਰਾਮਦਾਸ ਜੀ ਦੇ ਅਵਤਾਰ ਧਾਰਨ ਨਾਲ ਸਾਰੀ ਸੰਗਤ ਨੂੰ ਕੋਟਨ ਕੋਟ ਵਧਾਈਆਂ ਹੋਣ ਸਾਰੇ ਇੱਕ ਵਾਰੀ ਰਸਨਾ ਪਵਿੱਤਰ ਕਰੋ ਗੁਰੂ ਰਾਮਦਾਸ ਦੇ ਚਰਨਾਂ ਨਾਲ ਬਿਰਤੀ ਜੋੜ ਕੇ ਉਚਾਰਨ ਕਰੋ ਸਤਨਾਮ ਸ੍ਰੀ ਭਾਈ ਸਾਹਿਬ ਤਾਂ ਹੀ ਕਹਿ ਰਹੇ ਸੀ ਕਿ ਵਰਲਡ ਵਿੱਚ ਗੁਰਪੁਰਬ ਮਨਾਇਆ ਜਾ ਰਿਹਾ ਕਿਉਂਕਿ ਗੁਰੂ ਰਾਮਦਾਸ ਜੀ ਦੇ ਪਵਿੱਤਰ ਦਰ ਤੇ ਵੀ ਗੁਰੂ ਦੀਆਂ ਸੰਗਤਾਂ ਨੇ ਵੱਡੀ ਪੱਧਰ ਤੇ ਸ੍ਰੀ ਅੰਮ੍ਰਿਤਸਰ ਵਿੱਚ ਇਹ ਗੁਰਪੁਰਬ ਮਨਾਇਆ ਸ੍ਰੀ ਅੰਮ੍ਰਿਤਸਰ ਵਿੱਚ ਤੋ ਆਓ ਅਸੀਂ ਪਹਿਲਾਂ ਬਿਰਤੀ ਲੈ ਕੇ ਚੱਲੀਏ ਲਾਹੌਰ ਜਿਹੜਾ ਕਹਿਰ ਦਾ ਸ਼ਹਿਰ ਸੀ ਉਹ ਅੰਮ੍ਰਿਤ ਦਾ ਸ਼ਹਿਰ ਕਿਵੇਂ ਗੁਰੂ ਰਾਮਦਾਸ ਜੀ ਨੇ ਪ੍ਰਗਟ ਹੋਣ ਨਾਲ ਬਣਿਆ ਗੁਰੂ ਰਾਮਦਾਸ ਦੇ ਜਨਮ ਦੀਆਂ ਸੰਗਤਾਂ ਨੂੰ ਹੋਣ ਵਧਾਈਆਂ ਜੀ ਧੰਨ ਧੰਨ ਪਿਤਾ ਹਰਦਾਸ ਜੀ ਉਹ ਕੁਲ ਜਿਸ ਦੀ ਬੜੀ ਪਵਿੱਤਰ ਸੀ ਧੰਨ ਧੰਨ ਸੀ ਮਾਤਾ ਦਇਆ ਕੌਰ ਜਿਸ ਜਨਮੀ ਰੂਪ ਚਿੱਤਰ ਸੀ ਧੰਨ ਧੰਨ ਸੀ ਮਾਤਾ ਦਇਆ ਕੌਰ
ਵਰਲਡ ਵਿੱਚ ਬੈਠੇ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਆਸਟ੍ਰੇਲੀਆ ਦੇ ਬਹੁਤ ਪੁਰਾਣੇ ਗੁਰੂ ਘਰ ਵਿੱਚ ਬੈਠੀ ਹੋਈ ਸੰਗਤ ਦੇ ਦਰਮਿਆਨ ਗੁਰੂ ਦੀ ਕੀਰਤੀ ਰਾਹੀਂ ਲੱਖ ਲੱਖ ਵਧਾਈ ਹੋਵੇ। ਸਾਰਿਆਂ ਦੀ ਹਾਜ਼ਰੀ ਮੇਰੀ ਸ਼ਹਿਨਸ਼ਾਹ ਦਰਬਾਰ ਆਪਣੇ ਚਰਨਾਂ ਵਿੱਚ ਪ੍ਰਵਾਨ ਕਰਨ। ਇੱਕ ਵਾਰੀ ਸਾਰੀ ਸੰਗਤ ਗੁਰੂ ਨੂੰ ਸੀਂਹ ਚੁਕਾ ਕੇ ਫਿਰ ਦੁਬਾਰਾ ਪ੍ਰਸਨਾ ਪਵਿੱਤਰ ਕਰੋ। ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਰਾਮਦਾਸ ਸਾਹਿਬ ਜੀ ਦੇ ਸੰਬੰਧ ਵਿੱਚ ਗੁਰਮੁਖ ਪਿਆਰੇ ਭਾਈ ਸਾਹਿਬ ਜੀ ਹੋਰਾਂ ਨੇ ਸੰਕੇਤਕ ਉਹਨਾਂ ਦੇ ਬਚਪਨ ਦੇ ਹਾਲਾਤਾਂ ਦਾ ਜ਼ਿਕਰ ਕੀਤਾ ਹੈ ਕਿ 2 ਸਾਲ ਦੀ ਉਮਰ ਵਿੱਚ ਮਾਤਾ ਦਾ ਸਾਇਆ ਉੱਠ ਗਿਆ, ਮਾਵਾਂ ਠੰਡੀਆਂ ਛਾ